बक्सर के गिदड़बहा से यहां के सबका हल्का इंचार्ज और अकाली नेता हरदीप सिंह डिब्बी ढिल्लों के घर पेट्रोल पंप और बस वर्कशॉप में बिजली विभाग ने रेड डाला और उनके सभी बिजली उपकरण चेक किए। हरदीप के पिता इसको राजनीति से प्रेरित बता रहे हैं। ਸਾਡਾ ਸਭ ਕੁਛ ਠੀਕ ਠਾਕ ਹੈ। ਪਿਛਲੇ 5 ਸਾਲਾਂ ਤੋਂ ਸਾਡੇ ਅੱਜ ਤੱਕ ਕੁਛ ਰੇਡ ਨਹੀਂ ਮਾਰੀ। ਮੈਂ ਜੋ ਸਨ 70 ਤੋਂ ਪੰਪ ਲਿਆ ਆਪਦਾ, ਅੱਜ ਤੱਕ ਪੂਰਾ ਬਿੱਲ ਭਰਦਾ ਹੈ। ਨਵਾਂ ਚੋਰੀ ਕਰੀਏ ਨਵਾਂ ਕਰਨੀ ਹੈ। 10 ਕਿਲੋਵਾਟ ਦਾ ਮੈਂ ਐਕਸਟਰਾ ਭਰਿਆ ਹੋਇਆ, ਇਹਨਾਂ ਨੇ ਹਾਲੇ ਤੱਕ ਸਾਡੇ ਮੀਟਰ ਨਹੀਂ ਲਾਇਆ। ਅਤੇ ਸਭ ਰਾਜਨੀਤਿਕ ਦਬਾਅ ਅਤੇ ਸਾਡੇ 'ਤੇ ਦਬਾਅ ਪਾਉਂਦੇ, ਉਹ ਕਹਿੰਦੇ ਵੀ ਅਸੀਂ ਬਦਲੇ ਦੀ ਰਾਜਨੀਤੀ ਨਹੀਂ ਕਰਦੇ। ਹੋਰ ਕੀ ਹੈ ਫਿਰ ਇਹ ਫਿਰ? ਪਹਿਲਾਂ ਬਿਜਲੀ ਬੋਰਡ ਦੀ ਜਿਹੜੀ ਰੇਡ ਸੀਗੀ, ਮੈਨੂੰ ਇਹ ਦੱਸੋ, ਉਹ ਪਹਿਲਾਂ ਦਿਆਲ ਸਿੰਘ ਕੋਲਿਆਂ ਵਾਲੀ ਦੇ ਪਈ, ਦਿਆਲ ਸਿੰਘ ਕੋਲਿਆਂ ਵਾਲੀ ਤੋਂ ਬਾਅਦ ਕਰਨ ਕੌਰ ਬਰਾੜ ਦੇ ਗਈ, ਫਿਰ ਉਹ ਤਰਮਾਲਾ ਸਾਹਿਬ ਦੇ ਗਈ। ਇਹ ਇਹਨਾਂ ਨੇ ਸਿਸਟਮ ਚਲਾ ਲਿਆ। ਇਹਨਾਂ ਨੂੰ ਪਤਾ ਲੱਗ ਗਿਆ ਸੀ ਸਰਕਾਰ ਚਲੀ ਗਈ, ਸਾਰੇ ਬਿਜਲੀ ਦੇ ਵਾਟਰ ਵਰਕਸ ਦੇ ਕਨੈਕਸ਼ਨ ਕੱਟਤੇ। 40-40 ਲੱਖ ਰੁਪਇਆ ਪੈਂਡਿੰਗ ਹੈ। ਗਰਮੀ ਦਾ ਮੌਸਮ ਹੈ, ਲੋਕ ਧਿਆਏ ਮਰ ਰਹੇ, ਧਿਆਏ ਮਰ ਰਹੇ। ਜਿਹੜਾ ਦਿਆਲ ਸਿੰਘ ਕੋਲਿਆਂ ਵਾਲੀ ਦਾ 32 ਲੱਖ ਰੁਪਏ ਜਾਂ 30 ਲੱਖ ਰੁਪਇਆ ਪੈਂਡਿੰਗ ਸੀ, ਉਹ ਕੱਲ੍ਹ ਦਾ ਥੋੜ੍ਹੀ ਪੈਂਡਿੰਗ ਸੀ। ਜੇ ਕੋਈ ਕਿਸੇ ਦਾ ਪੈਂਡਿੰਗ ਸੀ ਤਰਮਾਲੇ ਕਾ, ਉਹ ਕਨੈਕਸ਼ਨ ਇਹਨਾਂ ਨੂੰ ਪਤਾ ਸੀ ਪੈਂਡਿੰਗ, ਹਰ ਮਹੀਨੇ ਕਿਉਂ ਨਹੀਂ ਕਨੈਕਸ਼ਨ ਕੱਢਦੇ? ਗਰੀਬ ਬੰਦੇ ਦਾ ਕਨੈਕਸ਼ਨ ਕੱਢਦੇ। ਰੇਡ ਪਈ ਹੈ, ਕੁਛ ਘਪਲਾ ਹੋ ਰਿਹਾ ਹੋਣਾ, ਤਮਾਮ ਸਿਸਟਮ ਚੱਲ ਰਿਹਾ। ਬਿਲਕੁਲ, ਮੈਂ ਕਹਿੰਦਾ ਕਿ ਇਹ ਮੋਨੀਟਰ ਕਰਨਾ ਚਾਹੀਦਾ ਕਿ ਕਿੰਨੇ ਕਿਲੋ ਵਾਟ ਲੋਡ ਹੈ ਉਹਨਾਂ ਦੇ ਘਰ ਵਿੱਚ, ਕਿਸੇ ਦੇ ਵੀ। ਆਮ ਨੋਟ ਟਾਕਿੰਗ ਅਬਾਊਟ ਇੱਕ ਪਾਰਟੀਕੁਲਰ ਬੰਦਾ, ਚਾਹੇ ਉਹ ਰਾਜਾ ਵੜਿੰਗ ਵੀ ਹੈ, ਕਿੰਨੇ ਕਿਲੋ ਵਾਟ ਲੋਡ ਚੱਲ ਰਿਹਾ ਅਤੇ ਉਹ ਹਰ ਮਹੀਨੇ ਬਿੱਲ ਕਿੰਨਾ ਦੇ ਰਿਹਾ, ਇਹਦੇ ਤੋਂ ਅੰਦਾਜ਼ਾ ਲੱਗ ਜਾਏਗਾ। ਇੱਕ ਆਮ ਬੰਦਾ ਕਿੰਨਾ ਬਿੱਲ ਦੇ ਰਿਹਾ ਜਿਹਦੇ ਏਸੀ 1 ਲੱਗਿਆ। ਮੈਂ ਇਹ ਕਹੂੰਗਾ ਕਿ ਉਹ ਪੜਤਾਲ ਕਰਨੀ ਚਾਹੀਦੀ ਹੈ, ਔਰ ਤੁਹਾਨੂੰ ਵੀ ਕਹੂੰਗਾ ਕਿ ਫਲਾਨੇ ਦੇ 15 AC ਲੱਗੇ ਜਾਂ 25 ਲੱਗੇ, ਉਹ ਕਿੰਨਾ ਬਿੱਲ ਦੇ ਰਿਹਾ, ਉਹ ਵੀ ਪਤਾ ਕਿੰਨਾ ਬਿੱਲ ਦੇ ਰਿਹਾ ਹੁਣ।